ਉਹ ਜਿਸਿਆ ਜੂ ਬੱਗੀ ਮੁਸੱਲੀ ਦੇ ਵਿਰਾ ਤੈਨੂੰ ਡਾਂਗ ਮਾਰੀ ਏ ਤੇਰੇ ਹੱਥੋਂ ਕਾਹ ਨਹੀਂ ਛਾਇਆ ਤੂੰ ਵੀ ਕਹੀ ਬਣਾ ਚਾਹ ਤੇ ਉਹਨੂੰ ਡੱਕੀਆਂ ਕਹੀ ਏ ਟੁੱਟ ਉਹ ਭਾਈਆ ਮੈਂ ਉਸ ਡਾਂਗ ਨੂੰ ਇਹ ਬਚਾਇਆ ਡਾਂਗ ਜਿਵੇਂ ਮੈਂ ਬਚਿਆ ਪੈਰ ਥਿੜਕੇ ਉੱਚੀ ਝਿੱਕੀ ਜਗ੍ਹਾ ਆਈ ਮੇਰਾ ਗੋਡਾ ਤਰੁੱਟ ਗਿਆ ਹੇਠ ਆ ਕੇ ਚਲੋ ਜੇ ਤੇਰਾ ਗੋਡਾ ਤਰੁੱਟ ਗਿਆ ਹੈ ਨਾ ਤੇ ਭੂਤਨਾ ਦੇਰ ਰਾਤ ਹੇਕ ਕਰਕੇ ਪੂਰਾ ਚੱਕ ਕੇ ਤੇ ਬੱਜਾ ਖਲੋਤਾ ਹੈ ਹੁਣ ਉਸ ਬੰਦੇ ਉਸ ਸਲ ਖਲੋਣਾ ਜਿਸ ਸਲ ਬੱਗੀ ਮੁਸੱਲੀ ਵਾਲਾਂ ਤੇ ਪਰਚਾ ਹੋ ਗਿਆ ਤੇ ਸੱਤਾ ਨਸਲਾਂ ਨੂੰ ਵੀ ਪਤਾ ਲੱਗ ਜਾਸੀ ਕਿ ਭੂਤਨੇ ਦਾ ਹੱਥ ਵੱਜਾ ਹੈ ਹਾਂ ਮੇਰੀ ਧੀ ਪਰਚੇ ਤੋਂ ਆਪਾਂ ਪਿੱਛਾ ਨਹੀਂ ਹਟਣਾ ਭਾਵੇਂ ਆਪਣਾ ਘਰ ਦਾ ਘਰ ਲੁੱਟ ਜਾਵੇ ਅੱਪਾ ਤੂੰ ਇਹ ਗੱਲ ਕਰ ਤੇ ਭਾਵੇਂ ਨਾ ਕਰ ਭੂਤਨਾ ਤਾਂ ਫੁੱਲ ਫੁੱਲ ਉਣਾਉਂਦਾ ਤੇ ਤੁਲਿਆ ਖਲੋਤਾ ਹੈ ਉਹ ਪਿਆਂਦਾ ਹੈ ਅੱਜ ਤਫਸ਼ੀਸ਼ ਹੈ ਜੇ ਤਫਸ਼ੀਸ਼ ਵਿੱਚ ਆਰਡਰ ਨਾ ਹੋਏ ਤੇ ਮੈਂ ਇਹਨਾਂ ਦਾ ਕੋਈ ਨਾ ਕੋਈ ਬੰਦਾ ਕਤਲ ਕਰਸਾ ਮੋੜ ਮੈਨੂੰ ਸਕੂਨ ਆਉਸੀ ਉਹ ਮੈਂ ਤਾਂ ਇਹੀ ਚਾਹਨਾ ਮੇਰੀ ਧੀ ਕਿ ਮੇਰਾ ਪੁੱਤਰ ਕੋਈ ਕਤਲ ਕਰੇ ਉਹਨਾਂ ਦਾ ਇਹ ਬੱਗੀ ਮੁਸੱਲੀ ਕਿਆਂ ਨੂੰ ਪਤਾ ਲੱਗੇ ਕਿ ਬਦਮਾਸ਼ੀ ਕੀ ਹੁੰਦੀ ਹੈ ਅੱਤ ਚਾਹੀ ਹੋਈ ਹੈ ਇਹਨਾਂ ਮੇਰਾ ਵਿਰਾ ਕਤਲ ਤੋਂ ਬਚੋ ਅੱਜ ਉਹਦੀ ਤਫਸ਼ੀਸ਼ ਹੈ ਤੇ ਪਰਚੇ ਦੇ ਆਰਡਰ ਹੋ ਜਾਸੇ ਤੁਹਾਨੂੰ ਕਿਹੜੀ ਲੋੜ ਹੈ ਕਤਲ ਕਰਨ ਦੀ ਉਹ ਭਾਈਆ ਤੂੰ ਸੱਚਾ ਹੈ ਉਹ ਕਤਲਾਂ ਤੋਂ ਬਚਣਾ ਚਾਹੀਦਾ ਪਰ ਉਹਨਾਂ ਦਾ ਨੇਰ ਤਾਂ ਵੇਖ ਬਈ ਉਹਨਾਂ ਨੂੰ ਸ਼ਰਮ ਹਯਾ ਹੀ ਨਹੀਂ ਆਇਆ ਬਈ ਬੱਗਿਆ ਸੇਰੇ ਮੇਰਾ ਤੇ ਮੇਰੇ ਬੱਖੀ ਪਾ ਕੇ ਰਾ ਕੇ ਅੱਬਾ ਅਸੀਂ ਤਾਂ ਕਤਲਾਂ ਕੁਤਲਾਂ ਤੋਂ ਬਚਣਾ ਕੋਈ ਨਹੀਂ ਹੈ ਉਹ ਕੀ ਆਖਣ ਕਿ ਡਰ ਕੇ ਤੇ ਕੀੜਿਆਂ ਦੇ ਕੁੱਤੇ ਤਰ੍ਹਾਂ ਘਰੇ ਸਿਰ ਦੇ ਗਏ ਨੇ ਅਸਾਂ ਤਾਂ ਹੁਣ ਸੀਨਾ ਤਾਣ ਕੇ ਨਾਂ ਦੇ ਵਿੱਚ ਵੱਜ ਸੇ ਉਹ ਮੇਰੀ ਧੀ ਮੈਂ ਮਜਬੂਰ ਆ ਕਿ ਮੈਂ ਮੰਜੀ ਤੇ ਪੈ ਗਿਆ ਜੇ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਤੇ ਮੈਂ ਦੱਸਾਂ ਇਹਨਾਂ ਨੂੰ ਕਿ ਕੀ ਹੁੰਦੀ ਹੈ ਗੈਰਤ ਅੱਬਾ ਮੁੜ ਗਿਆ ਤਾਂ ਹਾਂ ਵੇ ਤੂੰ ਉਹ ਗਿਆ ਤਾਂ ਹਾਂ ਮੂੰ ਮੇਰੀ ਧੀ ਉਹ ਮੇਰਾ ਜੋ ਪੈਰ ਥਿੜਕਿਆ ਉੱਚੀ ਝਿੱਕੀ ਜਗ੍ਹਾ ਤੂੰ ਮੈਂ ਡੱਠਾ ਤੇ ਗੋਡਾ ਤਰੁੱਟ ਗਿਆ ਗੋਡਾ ਨਾ ਟੁੱਟਦਾ ਜੇ ਮੈਂ ਖਲੋਤਾ ਰਹਿੰਦਾ ਨਾ ਤੇ ਇੱਕ ਅੱਧਾ ਬੰਦਾ ਉਹਨਾਂ ਦਾ ਮੈਂ ਲੈ ਕੇ ਆਵਾਂ ਤੇ ਬਸ ਸਪਾ ਤੂੰ ਮੰਜੀ ਤੇ ਪੈ ਗਿਆ ਤੇ ਇਹ ਗੱਲ ਸਾਡੇ ਤੇ ਛੱਡ ਦੇ ਭੂਤਨਾ ਵੇਖੀ ਕਰਦਾ ਕੀ ਏ ਉਹਦੀ ਕਾਵੜ ਨੂੰ ਮੈਂ ਜਾਣੀ ਆ ਉਹ ਇਸ ਵਕਤ ਜ਼ਮੀਨ ਉਸਮਾਨ ਹੇਕ ਕੀਤੀ ਖਲੋਤਾ ਹੈ ਅੱਧੇ ਬੰਦੇ ਫਦਾ ਛੜਸਾ ਤੇ ਅੱਧੇ ਕੋਟ ਕੋਟ ਕੇ ਉਹ ਮੌਂਜ ਕਰ ਦਿਸਾਂ ਆ ਮੇਰੀ ਧੀ ਨਾ ਮੁਸਲੀਆਂ ਨੂੰ ਪਤਾ ਲੱਗ ਸੀ ਉਹ ਭਾਈਆ ਤੂੰ ਆ ਗਈ ਹੈ ਹੁਣ ਸਾਡੇ ਨਾਲ ਜਾਵਣਾ ਹੀ ਤਸ਼ਵੀਸ਼ ਤੇ ਕਿਉਂਕਿ ਤੂੰ ਸਮਝਦਾਰ ਹੈ ਛੂਰ ਛਿੱਕੇ ਰੋਣ ਤਾਂ ਪਤਾ ਕੋਈ ਨਹੀਂ ਹਾਂ ਮੇਰਾ ਬਿਰਾ ਇੱਕ ਵਾਰੀ ਜਾਣਾ ਤਾਂ ਮੈਂ ਘਰ ਤੱਕ ਹੁਣ ਮੈਂ ਨਹੀਂ ਜਾਂਦਾ ਮੈਂ ਇਹਨਾਂ ਨੂੰ ਦੱਸਾਂ ਥਾਣੇ ਬਿਆਨ ਦੇ ਤੇ ਤੇਰੇ ਜਿਹੜੀ ਤੇਰੇ ਨਾਲ ਹੀ ਨਾ ਜ਼ਿਆਦਤੀ ਕੀਤੀ ਹੈ ਉਹ ਭਾਈਆ ਉਹਨਾਂ ਜ਼ਿਆਦਤੀ ਨਹੀਂ ਕੀਤੀ ਮੇਰੇ ਨਾਲ ਮੇਰਾ ਗੋਡਾ ਤਰੋੜਿਆ ਨੇ ਜ਼ਿਆਦਤੀ ਹੋਰ ਹੁੰਦੀ ਹੈ ਉਹ ਜ਼ਿਆਦਤੀ ਤੋਂ ਤਾਂ ਆਪਾਂ ਸ਼ਰਮਸ਼ਾਰ ਉਸਾਂ ਇਹ ਗੱਲ ਨਹੀਂ ਕਰਨੀ ਉਹ ਇਹ ਵੀ ਮੇਰਾ ਬਿਰਾ ਜ਼ਿਆਦਤੀ ਹੁੰਦੀ ਹੈ ਜਿਹੜਾ ਗੋਡਾ ਤਰੋੜਿਆ ਨੇ ਹੋਰ ਕੀ ਹੈ ਓਏ ਚਲੋ ਛੱਡੋ ਪਰਾਂ ਉਹ ਮੇਰੀ ਧੀ ਪਤਾ ਨਹੀਂ ਉਹ ਆਮਦਾ ਹੀ ਹੈ ਕਿਸਲੇ ਦੱਗੀ ਹੋਇਆ ਅਜੇ ਤਾਂ ਨਹੀਂ ਹਟਿਆ ਇਕੱਠੇ ਕਰਕੇ ਬੰਦੇ ਅੱਬਾ ਤੈਨੂੰ ਚੰਗਾ ਭਲਾ ਆਪਣੀ ਬਿਆਦਰੀ ਦਾ ਪਤਾ ਹੈ ਕੁੱਤੀ ਬਿਆਦਰੀ ਹੈ ਉਲਟਾ ਉਹ ਤਮਾਸ਼ੇ ਵੇਖਦੀ ਹੈ ਵਧਾ ਉਸੀ ਕਿਸੇ ਦੀਆਂ ਮਿੰਤਾਂ ਤਰਲੇ ਕਰਦਾ ਪੁੱਤਰਾ ਸਾਹਿਬ ਮੈਂ ਤੁਹਾਡੇ ਲਈ ਜਾਂਦਾ ਪਏ ਉਹ ਤਸ਼ਵੀਸ਼ ਲੈ ਨਹੀਂ ਜਾਣਾ ਤਸ਼ਵੀਸ਼ ਤੇ ਜਾਵਣਾ ਜੀ ਐਸ ਐਚ ਓ ਪਰਚੇ ਦੇ ਆਰਡਰ ਨਾ ਦਿੱਤੇ ਤੇ ਮੋਰ ਪੂਰੀ ਬਰਾਦਰੀ ਇਕੱਠੀ ਕਰਕੇ ਮੈਂ ਡੀਪੀਓ ਕੋਲ ਜਾ ਕੇ ਪੇਸ਼ ਹੋ ਜਾ ਹੁਣ ਐਵੇਂ ਹੀ ਹੋਣਾ ਜਦੋਂ ਥਾਣੇ ਵਾਲੇ ਆਪਣੇ ਨਾਲ ਇਨਸਾਫ ਨਾ ਕੀਤਾ ਤੇ ਮੈਂ ਡੀਪੀਓ ਤੇ ਪੇਸ਼ ਹੋ ਕੇ ਤੇ ਪਰਚਾ ਕਰਾਵਾਂਗੇ ਹਾਂ ਤੇਰੀ ਮਿਹਰਬਾਨੀ ਤੂੰ ਵੀ ਮੇਰੇ ਨਾਲ ਰਹਿਣਾ ਇਹ ਮੇਰੀ ਬੁੱਤੀ ਕਟਾ ਮੀਆਂ ਤੇਰੇ ਸਾਹ ਨਾਲ ਸਾਹ ਹੈ ਤੇਰਾ ਪਿਓ ਨਹੀਂ ਸਾਡਾ ਵੀ ਪਿਓ ਹੈ ਜੇ ਉਹਦੀ ਆਈ ਲੱਤ ਤੋੜ ਦਿੱਤੀ ਨਾ ਨਾ ਤੇ ਕੱਲ ਨੂੰ ਮੇਰੀ ਵੀ ਤੋੜ ਸਕਦੇ ਨੇ ਹਾਂ ਮੁਸਲੀਆਂ ਨੂੰ ਅੱਤ ਚਾਹੀ ਵਧੀਏ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਚੀਮਿਆਂ ਹੁਣ ਆਪਾਂ ਪਰਚਾ ਕਟਾ ਕੇ ਪਿੱਛੇ ਹਟਣਾ ਭਾਵੇਂ ਕੁੱਲੀ ਦਾ ਕੱਖ ਨਾ ਰਵੇ ਓਏ ਆਪਣਾ ਨੱਕ ਹੀ ਤਾਂ ਬਚਦਾ ਹੈ ਉਹ ਮੁਸਲੀਆਂ ਨੂੰ 14-14 ਸਾਲ ਸਜ਼ਾ ਹੋਈ ਤੇ ਉਹਨਾਂ ਦੀ ਅਕਲ ਟਿਕਾਣੇ ਆਣੀ ਹੈ ਉਹ ਚੀਮਿਆਂ ਤੂੰ 14-14 ਸਾਲ ਰੋਨਾ ਮੈਂ ਤਾਂ ਉਹਨਾਂ ਨੂੰ 40-40 ਸਾਲ ਦੀ ਸਜ਼ਾ ਦੇਵਣੀ ਹੈ ਆਹ ਜਿਹੜੀ ਮੇਰੀ ਬਰਾਦਰੀ ਹੈ ਕਿ ਮੈਨੂੰ ਲੇਟ ਪੇ ਕਰਦੀ ਇਹਨਾਂ ਨੂੰ ਮੈਂ ਆਖਿਆ ਹੀ ਆਪਾਂ ਤਫਸ਼ੀਸ਼ ਤੇ ਜਾਵਣਾ ਟਾਈਮ ਨਾਲ ਮੇਰੇ ਘਰ ਆ ਜਾਵੇ ਆਇਆ ਪੁੱਤਣਾ ਸਾਧ ਲੈਣਾ ਮੈਂ ਵੀ ਤੇਰੇ ਨਾਲ ਆ ਟੋਲ ਚੋਰ ਚਾਹ ਕੇ ਲੈ ਗਏ ਰਾਤੀ ਮੈਂ ਸਵਣ ਲੱਗੇ ਹੱਥ ਚ ਲਾ ਕੇ ਸੁੱਤਾ ਮੈਂ ਮੀਆਂ ਸਾਹਿਬ ਮੈਂ ਸਾਰੇ ਬਿਸਤਰੇ ਝਾੜ ਲੈ ਜੇ ਪਈ ਹੁੰਦੀ ਮੈਂ ਚਾਕ ਦੇਵਾਂ ਚਾਹ ਇੱਥੇ ਸੁਬਾ ਨਾਲ ਛੰਮੇ ਕੇ ਬਾਲ ਖੇਡਦੇ ਵਧਿਆ ਕਿਤੇ ਉਹ ਤਾਂ ਨਹੀਂ ਚਾਹ ਕੇ ਲੈ ਗਏ ਹੋ ਸਕਦਾ ਬਾਲ ਚਾਹ ਕੇ ਲੈ ਗਏ ਹੁਣ ਮੈਂ ਉਹ ਤਾਂ ਪਤਾ ਕਰ ਲੈਣੀ ਆ ਹਾਂ ਹੁਣ ਟੁਰ ਪੈ ਮੂੰਹ ਚਾਹ ਕੇ ਤੇ ਗੜੀ ਦਾ ਪਤਾ ਕਰ ਹਾਂ ਦੇਖੜਾ ਸਾਹਿਬ ਕੀ ਲੇਟ ਕੀਤੀ ਬੈਠਾ ਬੜਾ ਤੈਨੂੰ ਮੈਂ ਕਹੀ ਆਈ ਟਾਈਮ ਨਾਲ ਆ ਜਾਵੇਂ ਤੂੰ ਹਾਲੀ ਤਾਂ ਘਰੇ ਬੈਠਾ ਓ ਯਾਰ ਮੈਂ ਤਿਆਰ ਹੋ ਗਿਆ ਤੇ ਆ ਗੜੀ ਮੈਂ ਰੱਖੀ ਅੰਦਰ ਉਹ ਸੁਬਾ ਨਾਲ ਇੱਥੇ ਕਿਤੇ ਬਾਲ ਆਣ ਗਵਾਟੀਆਂ ਤੇ ਖੇਡਣ ਤੇ ਇਹਨੂੰ ਮੈਂ ਪੁੱਛਿਆ ਗੜੀ ਲੱਭੀ ਜਾਂਦੀ ਤਾਂ ਮੈਨੂੰ ਲੇਟ ਹੋਈ ਖੜੀ ਚਲੋ ਤੂੰ ਦਫਾ ਕਰ ਗੜੀ ਬਾਅਦ ਵਿੱਚ ਲੱਭ ਲਵੀਂ ਇਹ ਹਾਲੀ ਗੜੀਆਂ ਦਾ ਟਾਈਮ ਨਹੀਂ ਤੇ ਨਾਲ ਜਿਹੜਾ ਤੈਨੂੰ ਮੈਂ ਕੰਮ ਆ ਕੇ ਉਹ ਕੀਤਾ ਹੀ ਯਾਰ ਕੰਮ ਤਾਂ ਮੈਂ ਤੇਰਾ ਕੀਤਾ ਪਰ ਲੋ ਸਾਰਾ ਨਹੀਂ ਹੋਇਆ 10,000 ਰੁਪਇਆ ਮੈਨੂੰ ਡਿੱਜਾ ਹੈ
यार तू 10,000 बनाया है, मैं तेन 30,000 आख्या, तेन पता मेरे गाल रोला पै गया, मैं रुपये रुपये की लोड है। यार मैं आप दे वल्लू फुल कोशिश की है पर मैं टीजा ही 10,000 है, हुण दस मैं की करा। तरला तप्पा मार यार, थोड़ी जी और कोशिश कर, चलो 21,000 तक आ रोका सौ खो के। यार तरला तप्पा मैं मारिया हूँ, जितने को गए मेरे को इतने ही आमीन कर ल। ਜੀ ਮੈਂ ਤੇਰੇ ਕੋਲ ਹੈ ਨਾ ਪੈਸੇ? ਹੈਗੇ ਨੇ ਮੇਰੇ ਕੋਲ। ਕਿੰਨੇ? 300 ਰੁਪਏ। 300 ਮੈਂ ਕੀ ਕਰਨਾ, 50,000-60,000 ਮੈਨੂੰ ਦੇ ਉਤਾਰਾ ਯਾਰ। ਭਾਈ ਮੇਰੇ ਕੋਲ ਜਿੰਨੇ ਕੋ ਹੈਣ ਮੈਂ ਤੈਨੂੰ ਦੱਸਤਾ, 50,000-60,000 ਮੈਂ ਕਿੱਥੋਂ ਲੈ? 300 ਨੂੰ ਮਸੇਰੇ ਚ ਲੈਣਾ, ਕੋਈ ਇੱਕ ਦਰਖਾਸਤ ਆ ਉਸ ਸੀ। ਉਹ 300 ਤਾਂ ਥਾਣੇ ਦੇ ਗੇਟ ਦੇ ਅੱਗੇ ਜਿਹੜਾ ਖਲੋਂਦਾ ਉਹ ਵੀ ਨਹੀਂ ਲੈਂਦਾ, ਤੇ ਤੂੰ ਆਣਾ ਦਰਖਾਸਤ ਹੋ ਜਾਸੀ। ਉਹ ਮੇਰੇ ਕੋਲ ਤਾਂ ਯਾਰ ਹੀ ਹੈਣ, ਮੈਂ ਤਾਂ ਸਿਗਰਟ ਪਾਣੀ ਵਾਸਤੇ ਰੱਖਿਆ, ਜੇ ਤੂੰ ਆਣਾ ਤੇ ਲੈ ਲੈ ਭਾਈ। 300 ਨੂੰ ਮੈਂ ਬੱਗਾ ਮਾਰਨਾ ਹੈ, ਆਹ ਦੀ ਸਿਗਰਟਾਂ ਪੂਰੀਆਂ ਕਰ, ਆਹ ਵਰਜਾਈ ਚੱਲੀਏ। मेरी गल सुन, अब्बा किधे? चीफ जस्टिस लगी हुई है, हर गल तेन दस के गए करिए, सौ बंदे ने मामला तो मैंने आना जाना तो पौंदा कि लड़ाई झगड़े ने चंगे नहीं हुंदे, ने दिहाड़ी कोई उला माया खलोता हुंदा भूत ने साहब दा, ते तू उहनां दे मगर टोर पमना। ओ फोन लाया मैं, मैं अब्बे नूं कॉल करनी आए। ते अब्बे नूं की आखो? अब्बे नूं मैं इहो पुछूं भई उहनां दी अज पेशगी आ, आपां उहनां नाल जाणा है कि नहीं जाणा? कोई फायदा नहीं हुंदा, लोकां दी लानत आउंदियां ने। चल मोबाइल ते चल, अब्बे नूं पुछने आना। थोड़ा सोच समझ के फैसला कीता करा, मैं जज्बात जावण दा कोई नहीं फायदा, तैनूं तां मेरी हर गल बुरी लगदी है। ओ नहीं मैनूं बुरी लगदी, मोबाइल तां चा लिया बैठा तां है। चौकी साहब, हाँ जी, वेख्या जावे ना तुसी किसी दी कंजर दी मजबूरी नहीं समझदे, तैनू चंगा भला पता भी आपां तफ्तीश ते जावना ते तू घर बैठा। ओ नहीं यार मैं इधर किते काम वाग गया से, मैं आदी भरजाई कोल पुछ होर घरे आया। चलो काम पहलू दा या मेरा काम पहलू दा? यार पहलू दा तो तेरा कोई नहीं, खैर है तू घबरा ना कर लेने। घबरा ना, ओ मिया सरकारी काम ने एक ऊपर है पैंट पेंट दी परे नहीं हैगी, ये सरकारी काम है दिल कर दरख्वास्त ही खारिज कर दे। ओ यार अहीं उतावले ना हो, तुसी एक मिनट ठहरे तो सही। वे मेरा फिर थोड़ी कोई वेले ने मां आड़ी खलोती है, तुसी के लाग शुरू हो गए ने? ओ मेरी भैन इथू टाइम नाल जासे ते परचा हो सी, जे अगर परचा ना होया तो सीधा डीपीओ दे पेश हो जसा। मोड़ हुण शोकी की करिए, मैं तां आखसां भई इहनां नूं जावण दे ते तू पिछू रोटी छोटी खा के कपड़े पा रोटी खा के पेट खराब हो जांदा, मैं तां आखदी पई आ वी रोटी खा के मुड़ वग जावे। मैं चाह ते डबा रोटी च खवाई सा, मुड़ तां पेट नहीं ना खराब होंदा। उठी यार चलिए, जिको पैसे पै नहीं ओ वी चाल आ, मैं किसे बेली कोल मंगन जुदू ठीक है तेंदे सचोंदा चो। पैसे अगे मेरे कोल हां, उहनां दा मैं सौदा सूत्र लै के आ गया, हुण पैसे मैंने जो मैं रात नूं मिलने। ओए होए को थोड़े बात है, कोई नहीं पाए, कोई नहीं, मेरे को तो 600-700 रुपया है जेड़ा मैं जेब ही रख दो ना, जे मेरे को पैसे आंदे तो मैं दे छड्डा। अच्छा चलो कोई गल नहीं, बरजाई तेरे को पैन तो मैं दे छ, बाद तेरे मैं दे छड़े सा। कोई नहीं मेरा भिरा, मैं तो तनखा ही नहीं दीजी। तनखा की बरजाई, तू भी नौकरी लग गई है?
ਹਾਂ ਲੱਗੀ ਹੋਈ ਆ 16ਵੇਂ ਸਕੇਲ ਚ ਅਫਸਰ ਲੱਗੀ ਹੋਈ ਆ ਨਹਿਰ ਮਹਿਕਮੇ ਦੇ ਵਿੱਚ 16ਵੇਂ ਸਕੇਲ ਦੀ ਅਫਸਰ ਤੂੰ ਕਿਵੇਂ ਲੱਗ ਗਈ ਜਮਾਤਾ ਤਾਂ ਜੁੱਗੇ ਚ ਤੂੰ ਤਰਾ ਪੜੀ ਹੋਈ ਹੈ ਓਏ ਉਹ ਤੈਨੂੰ ਕਾਵੜ ਨਾ ਲਾਂਦੀ ਪਈ ਆ ਬਈ ਉਹ ਸ਼ੋਦੀ ਕੋਲ ਪੈਸੇ ਕਿਦੋਂ ਆਏ ਮੈਂ ਉਹ ਤੇ ਕਮੀਨਾ ਜਿਹੜੇ ਮੇਰੇ ਕੋਲ ਹੁੰਦੇ ਤੇ ਮੋੜ ਮੈਨੂੰ ਸਿੱਧੀ ਚ ਦੱਸਿਆ ਜ਼ਰੂਰੀ ਆ ਦੱਸਣਾ ਮੈਂ ਫਲਾਣ ਲੱਗ ਗਈ ਆ ਫਲਾਣੀ ਲੱਗ ਗਈ ਆ ਠੀਕ ਹੈ ਭਾਈ ਸਾਹਿਬ ਤੁਸੀਂ ਇੱਥੇ ਝਗੜਾ ਗੱਤੀ ਖਲੇ ਨੇ ਜਾਮਣਾ ਨਹੀਂ ਜਾਮਣਾ ਜਾਮਣਾ ਉੱਠੀ ਯਾਰ ਲੇਟ ਹੋ ਗਿਆ ਇਹ ਰਿਸ਼ਤੇਦਾਰ ਜੇ ਤੁਹਾਨੂੰ ਸਿੱਧਾ ਗਰੀਬ ਨੂੰ ਜਵਾਬ ਦਿਓ ਅਗਾ ਟੋਰੀ ਯਾਰ ਨਹੀਂ ਜਵਾਬ ਕਿਆ ਦੇਣਾ ਨਾਲ ਜਾਂਦਾ ਯਾਰ ਨਹੀਂ ਜਵਾਬ ਦੇਣਾ ਮੈਂ ਉਹਨੂੰ ਠਿੰਦਾ ਦਾ ਪਿਆ ਬਰਜਾਈ ਤੂੰ ਵੀ ਰਲੇ ਆ ਨਹੀਂ ਮੈਂ ਨਹੀਂ ਆਂਦੀ ਤੁਸੀਂ ਜਾਓ ਉਹ ਤੇਰੀ ਲੋੜ ਹੈ ਸਾਨੂੰ ਜਿਹੜਾ ਮੈਂ ਸਮਝਾ ਯਾਰ ਇਹਨੂੰ ਉਹ ਚੱਲ ਆ ਜਾ ਕੁਝ ਨਹੀਂ ਹੁੰਦਾ ਮੈਂ ਤਾਂ ਨਹੀਂ ਜਾਂਦੀ ਇਹਨੇ ਮਾਂ ਪਿਓ ਤੋਂ ਜੰਮ ਕੇ ਨੀਰਾ ਵਖਤ ਹੀ ਕੀਤਾ ਸਾਂ ਸਾਨੂੰ ਵੀ ਜ਼ਲੀਲ ਕੀਤਾ ਇਸ ਬੰਦੇ ਉਹ ਬਰਜਾਈ ਮੈਂ ਰੰਨਾ ਲੈ ਕੇ ਡੀਪੀਓ ਤੋਂ ਕੋਲ ਜਾ ਕੇ ਪੇਸ਼ ਹੋਣਾ ਹੈ ਤੂੰ ਇੱਥੇ ਨਾ ਖਲੋ ਨੀਰੇ ਤੇ ਬੰਦੇ ਜਾਵਣਾ ਉਹ ਚੱਲ ਆ ਜਾ ਤੂੰ ਕਿਉਂ ਨਹੀਂ ਗੱਲ ਨੂੰ ਸਮਝਦੀ ਪਈ ਹੈ ਮਿਹਰਬਾਨੀ ਆ ਵੇਖ ਚੋਰ ਪਾ ਮਜਬੂਰੀ ਕਿਸੇ ਦੀ ਅੱਛਾ ਛੱਡ ਜਾਨੀ ਆ ਆ ਜਾ ਚਲੋ ਚੱਲ ਮੇਰੀ ਭੈਣ ਆ ਜਾ ਮਾਨ ਸਾਹਿਬ ਕਿਤੇ ਪ੍ਰੋਗਰਾਮ ਤੇ ਜਾਂਦੇ ਪਏ ਹੋ ਪ੍ਰੋਗਰਾਮ ਤੇ ਨਹੀਂ ਜਾਂਦੇ ਪਏ ਉਹ ਮੈਂ ਦਿੱਤੇ ਆਣ ਪੈਸੇ ਉਧਾਰੇ ਤੇ ਉਹਨਾਂ ਕੋਲ ਵਾਪਸ ਲੈਣ ਵਾਸਤੇ ਗਏ ਤੇ ਸੋ ਸੋ ਨਾ ਬੰਦੇ ਗੱਲ ਕੀਤੀ ਮੈਂ ਨੂੰ 20 ਵਾਰੀ ਆਖਿਆ ਵੀ ਉਧਾਰ ਨਾ ਦਿੱਤਾ ਕਰ ਬੰਦਾ ਕਮੰਦਾ ਵੇਖ ਤੇ ਬੰਦਾ ਸ਼ਾਇਦ ਦਿੰਦਾ ਤੇ ਕਹਿੰਦੇ ਕੋਲ ਪੈਸੇ ਲੈਣੇ ਨਹੀਂ ਉਹ ਲਿਆਸ ਬੱਟੀ ਕੋਲ ਲੈਣੇ ਨੇ ਮੈਨੂੰ ਪਤਾ ਹੁੰਦਾ ਨਾ ਉਹਦਾ ਵਿਆਹ ਰਿੱਡਾ ਕਹਿੰਦਾ ਤੇ ਮੈਨੂੰ ਦੇਣੇ ਹੀ ਨਹੀਂ ਆਣ ਬਸ ਜੀ ਲਿਆਸ ਬੱਟੀ ਕੋਲ ਲੈਣੇ ਨਹੀਂ ਨਾ ਤੇ ਉਦੋਂ ਤੈਨੂੰ ਪੈਸੇ ਨਹੀਂ ਲੱਭਦੇ ਤਾਂ ਹਰ ਬੰਦੇ ਨੂੰ ਟੀਕਾ ਲਾਉਣ ਤੇ ਵਧਾਉਂਦਾ ਟੈਨਸ਼ਨ ਨਾ ਲੈ ਜਿਹੜਾ ਅੱਜ ਕੀ ਮੈਂ ਉਹਨੂੰ ਟੀਕਾ ਲਾਸਾ ਤੋਂ ਯਾਦ ਕਰਦੀ ਥਾਣੇ ਹੁਣ ਮੈਂ ਲਈ ਜਾਂਦਾ ਦਰਖਾਸਤ ਦੇਵਣ ਵਾਸਤੇ ਖਾਨ ਸਾਹਿਬ ਇਹ ਰੋਲਾ ਤੂੰ ਜਿਹੜਾ ਨਾ ਤੇਰਾ ਆਪ ਦਾ ਬਾਅਦ ਚ ਕਰ ਲੈ ਪਹਿਲੂ ਮੇਰੇ ਨਾਲ ਚੱਲ ਥਾਣੇ ਉੱਥੇ ਮੇਰੀ ਤਫਸ਼ੀਸ਼ ਹੈ ਤੇਰੇ ਨਾਲ ਤੇ ਮੈਂ ਵਗ ਜਾਸਾਂ ਮੈਨੂੰ ਇਹ ਵੀ ਇਹਦੇ ਪੈਸੇ ਦੀ ਟੈਨਸ਼ਨ ਬਣੀ ਖਲੋਤੀ ਮੈਂ ਕਮੇਟੀ ਦੇਣੀ ਤੇ ਮੇਰੇ ਕੋਲ ਰੁਪਈਆ ਵੀ ਕੋਈ ਨਹੀਂ ਕਿ ਮੈਂ ਉਹਨਾਂ ਨੂੰ ਕਮੇਟੀ ਦੇ ਲਵਾਂ ਉਹ ਲਿਆਸ ਬੱਟੀ ਹੈਗਾ ਮੇਰਾ ਬੇਲੀ ਉਹਦੇ ਤੋਂ ਪੈਸੇ ਤੈਨੂੰ ਬਾਅਦ ਵਿੱਚ ਮੈਂ ਲੈ ਦੇਸਾਂ ਉਹ ਬੂਤਣੇ ਦੇ ਪਿਓ ਦੀ ਤੋੜੀ ਹੈ ਬੱਗੀ ਮੁਸੱਲੀ ਉਹਨਾਂ ਲੱਤ ਅੱਜ ਉਹਦੀ ਥਾਣੇ ਦੇ ਵਿੱਚ ਹੈਗੀ ਪੰਚਾਇਤ ਉੱਥੇ ਜਾ ਕੇ ਆਪਾਂ ਸਾਰਿਆਂ ਗਵਾਹੀ ਦੇਣੀ ਹੈ ਤੇ ਬੱਗੀ ਮੁਸੱਲੀ ਉਹਨਾਂ ਦਾ ਪਰਚਾ ਹੋਣਾ ਹਾਂ ਮੁਸਕਾਨ ਤੂੰ ਯਾਰ ਨਾਲ ਚੱਲ ਤੇ ਉੱਥੇ ਜਾ ਕੇ ਨਾ ਠੋਕ ਕੇ ਗਵਾਹੀ ਦੇਣੀ ਆਖੀ ਜਦੋਂ ਇਹ ਲੱਤ ਵੱਜੇ ਅਸੀਂ ਮੌਕੇ ਤੇ ਖਲੇ ਆਸ ਮੈਂ ਤੇ ਮੌਕੇ ਤੇ ਆਈ ਕੋਈ ਨਹੀਂ ਤੇ ਮੈਂ ਉੱਥੇ ਗਵਾਹੀ ਕਿਵੇਂ ਦੇਸਾਂ ਅਗਲੇ ਨੇ ਮੇਰੇ ਕੋਲੋਂ ਕਸਮ ਚਵਾ ਲਈ ਤੇ ਮੋੜ ਔਰ ਆਪਾਂ ਉਸਨ ਕੋ ਸਾਰੇ ਕੋਲ ਆਸੇ ਐਵੇਂ ਜਾ ਕੇ ਆਪਾਂ ਬਣਾਣਾ ਤਾਂ ਬਾਨਾ ਹੀ ਆ ਭਈ ਸਾਡੇ ਵੇਹ ਦੇ ਉਹਨਾਂ ਲੱਤ ਬੰਨੀ ਹੈ ਉਹ ਜਿਹੜਾ ਤਾਂ ਪੂਤਣੇ ਦੇ ਪਿਓ ਦੀ ਲੱਤ ਟੁੱਟਦੀ ਪਈ ਹੈ ਉਸ ਦਿਨ ਮੈਂ ਲਾਹੌਰ ਆਈ ਤੇ ਜਿਹੜੀ ਦਰਖਾਸਤ ਥਾਣੇ ਦਿੱਤੀ ਹੈ ਉਹਦੇ ਵਿੱਚ ਬੱਚੇ ਸ਼ਮਦੀਦ ਗਵਾਹ ਲਿਖੀ ਤਾਂ ਓਏ ਕੁਛ ਅਕਲ ਨਾਲ ਸੋਚੋ ਤੇ ਥਾਣੇਦਾਰ ਪੁੱਛ ਲਿਆ ਵੀ ਜਿਸ ਟਾਈਮ ਰਾਤ ਪਈ ਹੈ ਤੁਸੀਂ ਤੇ ਕੋਲ ਆਏ ਤੇ ਛੁੜਾ ਨਹੀਂ ਸਕੇ ਨੇ ਹਾਂ ਯਾਰ ਇਹ ਗੱਲ ਵੀ ਸਹੀ ਹੈ ਦੇਖੜਿਆ ਤੇ ਆਪਾਂ ਥਾਣੇਦਾਰ ਨੂੰ ਇਹ ਗੱਲ ਕਰਸਾ ਵੀ ਅਸੀਂ ਦੂਰੋਂ ਭੱਜੇ ਆਉਂਦੇ ਆਸੇ ਤੇ ਇਹ ਸਾਡੇ ਆਉਂਦਿਆਂ ਕਰਦਿਆਂ ਤੇ ਲੱਤ ਤੋੜ ਕੇ ਤੇ ਭੱਜ ਗਏ ਹਾਂ ਹਾਂ ਬਿਲਕੁਲ ਇਹ ਸਾਰਿਆਂ ਦਾ ਇਹੋ ਬਿਆਨ ਹੋ ਇਹੋ ਬਿਆਨ ਹੈ ਵੀ ਲੱਤ ਤੋੜ ਕੇ ਭੱਜ ਗਏ ਮੋੜ ਸਾਡੇ ਹੱਥੀ ਤੇ ਚੜੇ ਅਸੀਂ ਬੜਾ ਮਗਰ ਭੱਜੇ ਹਾਂ ਹਾਂ ਦੇਖ ਲੋ ਕਿ ਟਾਈਮ ਜ਼ਾਇਆ ਨਾ ਕਰੋ ਤੁਰ ਪਵੋ ਚਲੋ ਚਲੋ ਆਰਾਮ ਨਾਲ ਮੇਰੀ ਦੀ ਆਰਾਮ ਨਾਲ ਮੁਤਨਾ ਸਾਹਿਬ ਕਈ ਲੋੜਾਈ ਭਲੇ ਤੈਨੂੰ ਆਵਣ ਦੀ ਉਹ ਅਗਲੇ ਆਪਣੇ ਪਿਓ ਕੋ ਨਹੀਂ ਲੱਗਦੇ ਜਿਹੜਾ ਆਪਣੀ ਉਡੀਕ ਵਿੱਚ ਬੈਠੇ ਹੋ ਸਣ ਅਗਲੇ ਨੂੰ ਕਿਤੇ ਵਗ ਜਾਸ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਬੇਗਮ ਜੀ ਇੱਕ ਇੱਕ ਬੰਦੇ ਦੀ ਤੋੜ ਜਾ ਕੇ ਮਿਹਨਤ ਕੀਤੀ ਹੈ ਤਾਂ ਘਰੋਂ ਨਿਕਲਣ ਐਡੇ ਚੰਗੇ ਹੁੰਦੇ ਤੇ ਟੋਰ ਕੇ ਤੇ ਆਪਣੇ ਘਰ ਆ ਜਾਵਣਾ ਤੇ ਮਿਹਨਤ ਕਰਨ ਦੀ ਕਿਹੜੀ ਲੋੜ ਹੈ ਜਿਹੜਾ ਨਹੀਂ ਆਉਂਦਾ ਨਾ ਆਵਿਆ ਤੂੰ ਖਾਜ ਤਾਂ ਨਹੀਂ ਉੱਥ ਮਨ ਇੱਕ ਇੱਕ ਬੰਦੇ ਦੀ ਗਵਾਹੀ ਦੀ ਲੋੜ ਹੈ ਜਿਹੜਾ ਨਾ ਆਵਣਾ ਤੂੰ ਸੁਣੇ ਤੇ ਰੋਲ ਪਾਈ ਖੜਾ ਜੇ ਚੱਲੋ ਚੱਲੀਏ ਹੋਣਾਗਾ ਇਹਨਾਂ ਨੂੰ ਵੀ ਤਾਂ ਪਤਾ ਆ ਬਿਨਾਂ ਦੇ ਗੱਲ ਮੁਸੀਬਤ ਪਈ ਹੋਈ ਤੇ ਸਰਾਲ ਮੇਰੇ ਤੇ ਕੱਢਣੀ ਹੈ ਮੋੜ ਉੱਥੇ ਮਿੰਤਾ ਕਰਵਾਉਂਦੇ ਵਕਤ ਉਹ ਹੁਣ ਅਸੀਂ ਆ ਤੇ ਗਏ ਆਏ ਅਸੀਂ ਕੋਈ ਨਹੀਂ ਆਏ ਖਲਿਆ ਤੇ ਹੁਣ ਇਹਨਾਂ ਨੂੰ ਸਮਝਾ ਕੇ ਲਿਆਂਦਾ ਏ ਉੱਥੇ ਜਾ ਕੇ ਉਗਾਈ ਕਿਵੇਂ ਦੇਵਣੀ ਏ ਉਹ ਨਾ ਵੇ ਕਿਸੇ ਦਾ ਮੂੰਹ ਕਿਦਾਂ ਹੀ ਹੋਵੇ ਤੇ ਕਿਸੇ ਦਾ ਕਿਦਾਂ ਹੀ ਹੋਵੇ ਉਹ ਸਮਝਾ ਕੇ ਲਿਆਂਦਾ ਮੈਂ ਕੋ ਚੱਬਾ ਲਾ ਬੇਵੇਂ ਟੋਰੀ ਬਣਾ ਅੱਬਾ ਤੂੰ ਇੱਥੇ ਪਹਿਲੇ ਆਪਣੇ ਬੈਠਾ ਔਰ ਆ ਸਾਈਡ ਤੇ ਆ ਕੇ ਮੇਰੀ ਇੱਕ ਗੱਲ ਸੁਣ ਨਾ ਕੀ ਆਖੋ ਹੁਣ ਮੇਰਾ ਪੁੱਤਰ ਔਰ ਇਹਦਾ ਉਸੇ ਤਾਂ ਮੋੜੀ ਮੈਂ ਤੈਨੂੰ ਦੱਸਾਂ ਚੱਲ ਆ ਜਾ ਬਈ ਜਿਹੜੀ ਗੱਲ ਹੈ ਥਾਈ ਕਰ ਲੈਂਦੇ ਉਤੋਂ ਢੇਰ ਹੁੰਦੀ ਪਈ ਹੁਣ ਚੋਟੀਆਂ ਬਣਨ ਲੱਗ ਪਈ ਚਲੋ ਕੋਈ ਨਹੀਂ ਹੁਣ ਕਰ ਲੈਣਾ ਹਾਂ ਮੇਰਾ ਪੁੱਤ ਕੀ ਆਣਾ ਓਏ ਅੱਬਾ ਮੈਂ ਕੀ ਆਖਣਾ ਅੱਗੇ ਤੇਰੀ ਨੂੰਹ ਵੀ ਮੈਨੂੰ ਆਖਦੀ ਪਈ ਆਈ ਤੇ ਜ਼ੇਹਨ ਮੇਰੇ ਵਿੱਚ ਵੀ ਆ ਜਿਹੜੇ ਬੱਗੀ ਮੁਸੱਲੀ ਹੋ ਰਹੀ ਹੈ ਨਾ ਉਹ ਹਨ ਗੰਦੇ ਜੇ ਬੰਦੇ ਆਪਾਂ ਇਹਨਾਂ ਦੀ ਗਵਾਹੀ ਨਾਲ ਵਗ ਗਏ ਨਾ ਤੇ ਉਹਨਾਂ ਯਕਦਮ ਆਪਣੇ ਨਾਲ ਹੋਰ ਬਣ ਲੈਣਾ ਤੈਨੂੰ ਪਤਾ ਹੈ ਆਪਾਂ ਉਹਨਾਂ ਦੇ ਰਾਹ ਤੋਂ ਲੱਗਣਾ ਹੈ ਹਰ ਵੇਲੇ ਆਪਾਂ ਲੱਗਣਾ ਤੇ ਆਪਣਾ ਕਿਸੇ ਤੇਰੇ ਨੂੰਹ ਵੀ ਮੇਰੇ ਨਾਲ ਹੁੰਦੀ ਤੇ ਮੈਂ ਬੇਇੱਜ਼ਤ ਕਰਨ ਤੋਂ ਕੋਈ ਫਾਇਦਾ ਮੇਰਾ ਪੁੱਤਰ ਗੱਲ ਤੇ ਤੇਰੀ ਠੀਕ ਹੈ ਹੁਣ ਮਜਬੂਰੀ ਹੈ ਬਿਲਾਦਰੀ ਜੀ ਹੋਈ ਜਾਣਾ ਤੇ ਪੈਣਾ ਹੈ ਵੇ ਅੱਬਾ ਅਗਰ ਜਾਣਾ ਪੈਣਾ ਹੈ ਨਾ ਤੇ ਤੂੰ ਇਕੱਲਾ ਵਗ ਜਾ ਸਾਨੂੰ ਦੋ ਮਜਿਆਂ ਨੂੰ ਤੂੰ ਜ਼ਰੂਰ ਲੈ ਕੇ ਜਾਣਾ ਕੋਈ ਬਹਾਨਾ ਬਣਾ ਹੁਣ ਹੁਣ ਮੇਰਾ ਪੁੱਤਰ ਕਿਆ ਬਹਾਨਾ ਬਣਾਵਾ ਤੁਸਾਂ ਘਰੋਂ ਹੀ ਨਾ ਆਓ ਆ ਚਲੋ ਇੱਕ ਵਾਰੀ ਚੱਲੇ ਨਾ ਅੱਬਾ ਉੱਥੇ ਮੈਂ ਜਾ ਕੇ ਉਹਨਾਂ ਨੂੰ ਆਣਾ ਬਈ ਅਸੀਂ ਘਰ ਤੇ ਬੂਹੇ ਜੰਦਰੇ ਕੋਈ ਨਹੀਂ ਮਾਰ ਕੇ ਆਇਆ ਤੁਸੀਂ ਚੱਲੋ ਤੇ ਅਸੀਂ ਬੂਹੇ ਜੰਦਰੇ ਬਾਹਰ ਕੰਮ ਦੇ ਪਿਆ ਠੀਕ ਹੈ ਹਾਂਜੀ ਹੋ ਗਈ ਗੱਲ
चले खलन शौकी साहब बिरादरी का काम है ये आज तुसी मेरे काम नहीं ना आना तो कल मैं तुहाडे काम भी नहीं आना दुख सुख हर दे नाल है ओ भूतना जी ऐसा तुहाडे नाल ना जाना हुंदा तो असी घरों भी नहीं आंदे असे तेरे कोल असी बूहे खुला छड़ के तेरे नाल भज पिया दोवे जी असी आ गए हुण तुसा आप आदा टाइम जाया करदे पए ने तुसी चलो ते असी थोड़े मगर आए जदों मैं जी बंदा गलेंदा पिया ते जाके ताले मारे आंदा जी तुहाडी काशा घर दी खड़ी गई ते मैं जिम्मेवार हां भूतना तू एवें दिगाड़ा ना करो जी अगर उनांदा दिल नहीं करदा अपने नाल जावण वास्ते ते आपा नहीं ला चलने आए एवें आपा गड्डी भर के इत्थों ला चलिए आदम दी जे अपने वल दी ना उगाई भी ना दित्ती ते आपा नूं क्या फायदा है अड़े इकले जावण दा मेरी बहन जी असी आ गए हां ते तू सानूं ऐ बकरियां ना बना असी तुहाडे नाल टुर पए हां ते असी उत्थे जाके गवाही देनी होर असी हाथ भी कावण जांदे पए हां आराम दे नहीं बुआ जंदरे नूं आपा इनां दे नाल चलने आ चलो देईए गवाही ना शौकी साहब ना तोए पा छड्या मेरे दिल च फरतूल ਇਵੇਂ ਹੁਣ ਤੁਹਾਨੂੰ ਮਾਂ ਨਾਲ ਕੋਈ ਨਹੀਂ ਲੈ ਕੇ ਜਾਵਣਾ ਤੁਸੀਂ ਹਾਜ਼ਰ ਨਾਜ਼ਰ ਇਮਾਨ ਕਰਕੇ ਆਖੋ ਕਿ ਅਸੀਂ ਠੋਕ ਕੇ ਗਵਾਹੀ ਦਿਸਾਂ ਜਿਸ ਟਾਈਮ ਲੱਤ ਟੁੱਟੀ ਅਸੀਂ ਕੋਲ ਖਲੋਤੇ ਆਸ ਠੀਕ ਹੈ ਸਾਡਾ ਹਾਜ਼ਰ ਨਿਮਾਗ ਅਸੀਂ ਗਵਾਹੀ ਦਿਸਾਂ ਮੈਂ ਤੇਰੇ ਨਾਲ ਆ ਹੋਰ ਕੋਈ ਹੋਵੇ ਨਾ ਹੋਵੇ ਨਹੀਂ ਅਸੀਂ ਵੀ ਨਾਲ ਆ ਪੋਤਣਾ ਸਾਹਿਬ ਮੈਂ ਤੇਰੇ ਸਿਰ ਤੇ ਹੱਥ ਰੱਖ ਕੇ ਕਸਮ ਚੁੱਕਣਾ ਕਿ ਮੈਂ ਤੇਰੇ ਨਾਲ ਬਸ ਠੀਕ ਹੈ ਕਿਸੇ ਬੰਦੇ ਤੇ ਮੈਨੂੰ ਗਿੱਲਾ ਸ਼ਿਕਵਾ ਬਾਅਦ ਚ ਨਾ ਆਵੇ ਇਹ ਵੇਖ ਲਓ ਬਿਰਾਦਰੀ ਦਾ ਕੰਮ ਹੀ ਨੇ ਯਾਰ ਕਸਮ ਤੂੰ ਉੱਤੇ ਕਿਹੜੀ ਗੱਲ ਏ ਬਿੱਲੋ ਆ ਸਾਰੀਆਂ ਸਵਾਣੀਆਂ ਨੂੰ ਲੈ ਲਾ ਤੇ ਕੈਰੀ ਡੱਬੇ ਚ ਪਾਓ ਬਾਕੀ ਅੱਬੇ ਦੀ ਮੰਜੀ ਤੇ ਬੰਦੇ ਸਾਰੇ ਆ ਸ਼ਾਹਜ਼ੋਰ ਡਾਲੇ ਚ ਬਹੁ ਚਾਚਾ ਨੰਨਾ ਚੌਕ ਚ ਖਲੋਵਣੇ ਉੱਥੇ ਦਾ ਬੰਦੇ ਹੋਰ ਖਲਣ ਉਹਨਾਂ ਨੂੰ ਵੀ ਚੜਾਵਣਾ ਠੀਕ ਹੈ ਮੇਰੀ ਬਹਿਣ ਬਿੱਲੋ ਆ ਮੇਰੀ ਸਵਾਨੀ ਨੂੰ ਫਰੰਟ ਤੇ ਬਵਾਵੀਆਂ ਨੂੰ ਉਲਟੀਆਂ ਆਉਂਦੀਆਂ ਵੇ ਬੈਰਾ ਜਿੱਥੇ ਜਗ੍ਹਾ ਲੱਭਦੀ ਨੇ ਪਰ ਅੜਾ ਨਾਲ ਗੱਲ ਕਰੋ ਚਿਰਕਾ ਆਉਂਦਾ ਪਿਆ ਹੈ ਚਲੋ ਬੋ ਹਾਂ ਇੱਕ ਮਿੰਟ ਮੇਰੀ ਤਾਂ ਗੱਲ ਸੁਣਿਆ ਉਹ ਭਾਈ ਮੇਰੇ ਕੋਲ ਟਾਈਮ ਹੀ ਕੋਈ ਨਹੀਂ ਤੇਰੀ ਗੱਲ ਕਿਵੇਂ ਸੁਣਾ ਮੈਂ ਤਫਸੀਸ਼ ਤੇ ਜਾਂਦਾ ਪਿਆ ਓ ਯਾਰ ਲੱਗੇ ਜੀ ਮੈਂ ਇੱਕ ਮਿੰਟ ਵਾਸਤੇ ਆਦਾ ਪਿਆ ਆ ਇੱਧਰ ਬੰਦੇ ਪੈਣਾ ਮੰਜੀ ਰੱਖਦੇ ਡਾਲੇ ਚ ਜਾਉ ਨਾ ਚਲੋ ਚਲੋ ਸੁਣ ਲੈ ਯਾਰ ਚਲਾ ਚਲ दिमाग सही है तेरे प्यो की लात त्रुटी हुई होंगी मुड़ भी तू रफा दफा कर छड़िया मेरे तो पिंड चाहिए जरूर जो उठे खल मैं जल्दी जल्दी तफशीश होवे परचे दे आर्डर होने फदावा ਉਹ ਭੈੜਿਆ ਜਜ਼ਬਾਤ ਚਾਇਆ ਖੜੋਤਾ ਜਜ਼ਬਾਤ ਚਾਇਆ ਕੁਛ ਨਹੀਂ ਲੱਭਦਾ ਜ਼ਰੂਰ ਉਹਨਾਂ ਨਾਲ ਜਾ ਕੇ ਲੜਨਾ ਜੋ ਉਹਨਾਂ ਦੇ ਤੇ ਪਰਚੇ ਕਰਾਉਣੇ ਵੈਰ ਬਣਾਉਣਾ ਮੈਂ ਤਾਂ ਅਸਾ ਪਰ ਰਫਾ ਦਫਾ ਕਰ ਉਹ ਵੈਰ ਪੰਦਾ ਤਾਂ ਪਵੇ ਪਿਆ ਪੇਚਾ ਤਾਂ ਸਲ ਪਿਆ ਹੀ ਹੋਣ ਬੱਗੀ ਮੁਸੱਲੀ ਹੋਰਾਂ ਨੂੰ ਸੁਰ ਲੱਗ ਜਾ ਸੀ ਇਹ ਤਾਂ ਤੂੰ ਆਇਆ ਖਲਾ ਨਾ ਮੇਰਾ ਨਿਵਾਜ਼ ਸ਼ਰੀਫ ਤੇ ਇਮਰਾਨ ਖਾਂ ਹੀ ਕਾਲ ਕਰ ਛੱਡਣਾ ਵੀ ਇਹਨਾਂ ਨੂੰ ਮਾਫ਼ ਕਰ ਚ ਮੈਂ ਤਾਂ ਵੀ ਮਾਫ਼ ਨਹੀਂ ਕਰਨਾ ਉਹ ਮੀਆਂ ਪੋਤਨਾ ਇਮਰਾਨ ਖਾਂ ਤੇ ਨਿਵਾਜ਼ ਸ਼ਰੀਫ ਦੀ ਭਾਵੇਂ ਮਾਨ ਤੇ ਭਾਵੇਂ ਨਾ ਮਾਨ ਜੇ ਬਾਬਾ ਕਾਇਦੇ ਆਜ਼ਮ ਆਖੇ ਤੇ ਮੋੜ ਨਹੀਂ ਮੰਨੇਗਾ ਇਹ ਕੀ ਹੈ ਇਹ ਮੀਆਂ 3 ਲੱਖ ਰੁਪਈਆ ਬੱਗੀ ਮੁਸੱਲੀ ਤੇਰੇ ਅੱਲੇ ਕੱਲਿਆ ਉਹ ਆਂਦਾ ਕੇਸ ਨੂੰ ਰਫਾ ਦਫਾ ਕਰੋ ਤੇ ਮੀਆਂ ਮੇਰੇ ਕੋ ਪੈਸੇ ਲੈ ਤੇ ਮੈਂ ਕਦੇ ਮੈਂ ਬੂਤਨੇ ਨਾਲ ਜਾ ਕੇ ਗੱਲ ਕਰ ਲੈਣਾ ਫਿਰ ਕੇਸ ਖਤਮ ਹੋ ਜਾਸ ਉਹ ਜੱਗਿਆ ਬੜੀ ਲੇਟ ਕਰ ਦਿੱਤੀ ਏ ਥੋੜਾ ਜਿਹਾ ਟਾਈਮ ਨਾਲ ਤਾਂ ਘਰੋਂ ਨਿਕਲੇ ਆ ਉਹ ਟਾਈਮ ਨਾਲ ਹੀ ਨਿਕਲਿਆ ਯਾਰੋ ਮੈਂ ਤੈਨੂੰ ਕਿਸੇ ਦੇ ਸਾਹਮਣੇ ਤਾਂ ਨਹੀਂ ਨਾ ਆਖ ਸਕਦਾ ਰੋਲਾ ਪਾਈ ਫਿਰਦੇ ਮੈਂ ਸਾਈਡ ਤੇ ਖਲੋਤਾ ਰਿਹਾ ਚਲੋ ਕੋਈ ਗੱਲ ਨਹੀਂ ਪੈਸੇ ਮੈਨੂੰ ਫਦਾ ਉਹਨਾਂ ਨੂੰ ਮਾਫ ਕੀਤਾ ਹੁਣ ਤੂੰ ਜਾ ਅੱਛਾ ਹਾਂ ਜਾ ਚਲੋ ਹੁਣ ਰੋਲਾ ਖਤਮ ਹੋ ਗਿਆ ਰੋਲਾ ਖਤਮ ਹੋ ਗਿਆ ਤੈਨੂੰ ਆਖ ਦੀ ਛੱਡਿਆ ਚਲੋ ਠੀਕ लेट हो गया ओ सारी बिरादरी आपो आप दे घर वाग जाओ तुहाडी कोई लोड़ नहीं मैनू इंसान दी जदो अपनी तफशीश ही नहीं होनी जावन का फायदा और आप इतने लेट हो गए अगले दरखास्त ही खारिज कर छड़ी है। हाँ तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।